ਬਿਸਮਿਲ੍ਲਾਹਿ ਰਹਿਮਾਨ ਰਹੀਮ ਇਯਾਕ ਨਅਬੂਦੁ ਵਇਯਾਕ ਨਸਤਾਈਨ। ਅਸਲਾਮੁ ਅਲੈਕੁਮ ਜੀ। ਅੱਲਾਹ ਦੇ ਫਜ਼ਲ ਨਾਲ, ਅੱਲਾਹ ਦੇ ਕਰਮ ਨਾਲ ਉਮੀਦ ਆ ਤੁਸੀਂ ਵੀ ਖੈਰ ਖਰੀਅਤ ਨਾਲ ਹੋਵੋਗੇ। ਅੱਲਾਹ ਤਾਲਾ ਤੁਹਾਨੂੰ ਬਿਮਾਰੀਆਂ ਤੋਂ ਪਰੇਸ਼ਾਨੀਆਂ ਤੋਂ ਮਹਿਫੂਜ਼ ਰੱਖੇ, ਆਮੀਨ। ਤੁਸੀਂ ਦੇਖਦੇ ਪਏ ਆਪਣਾ ਯੂਟਿਊਬ ਚੈਨਲ ਐਗਰੀ ਖਾਨੇਵਾਲ, ਮੈਂ ਹਾਂ ਮੁਹੰਮਦ ਇਮਰਾਨ। ਅੱਜ ਬਾਈ ਜੀ ਆਪਾਂ ਤੁਹਾਨੂੰ ਕਿਹੜੀ ਕਿਹੜੀ ਸ਼ਾਇਦ ਦਿਖਾਉਂਦੇ ਹਾਂ, ਆਓ ਚੱਲਦੇ ਹਾਂ, ਚੱਲ ਕੇ ਤੁਹਾਨੂੰ ਜਿਹੜੀ ਜਿਹੜੀ ਸ਼ਾਇਦ ਦਿਖਾਉਂਦੇ ਹਾਂ ਵੀ ਉਹ ਤੁਹਾਨੂੰ ਦਿਖਾਉਂਦੇ ਹਾਂ। ਅੱਛਾ ਤਾਂ ਬਾਈ ਵੀ ਸੁਬਹਾ ਸੁਬਹਾ ਤੜਕੇ ਤੜਕੇ ਦਾ ਟਾਈਮ ਆ, ਅੱਲਾਹ ਦੇ ਫਜ਼ਲ ਨਾਲ, ਅੱਲਾਹ ਦੇ ਕਰਮ ਨਾਲ ਅਲਹਮਦੁਲਿਲਾ ਵੀ ਮੇਰੇ ਭਰਾ ਨੇ ਪੱਠੇ ਪੁੱਠੇ ਤਾਂ ਵੱਢ ਕੇ ਰੱਖ ਲਿਆ ਅਤੇ ਬਾਕੀ ਹੁਣ ਲੱਗਾ ਵਾ ਲੱਦਣ, ਉਹ ਰੇਹੜੀ ਜੋੜਦਾ ਪਿਆ ਵਾ, ਜੋੜ ਕੇ ਲਿਆਉਣ ਕੇ ਵੀ ਲਿਆਉਣ ਕੇ ਇਹਦੇ 'ਤੇ ਰੱਖੂਗਾ, ਰੇਹੜੀ 'ਤੇ ਰੱਖ ਕੇ ਲੱਦ ਕੇ ਅਤੇ ਲੈ ਕੇ ਜਾਊਗਾ। ਅਤੇ ਬਾਕੀ ਬਾਈ ਜੀ ਅੱਗੇ ਚੱਲਦੇ ਹਾਂ, ਅੱਗੇ ਤੁਹਾਨੂੰ ਕੁਛ ਹੋਰ ਸ਼ਾਵਾਂ ਦਾ ਵਿਜ਼ਿਟ ਕਰਾਉਂਦੇ, ਵਿਜ਼ਿਟ ਕੀ ਕਰਾਉਂਦੇ ਬਈ ਦਿਖਾਉਂਦੇ। ਅੱਛਾ ਬਾਈ, ਐਵੇਂ ਆ ਕਿ ਆਪਣੇ ਕੋਈ ਕਾਫੀ ਦਿਨਾਂ ਤੋਂ ਨਾ ਵੀਡੀਓ ਨਹੀਂ ਸੀ ਬਣੀ, ਕੋਈ ਟਾਈਮ ਨਹੀਂ ਸੀ ਲੱਗਾ, ਇਸ ਵਾਸਤੇ ਵੀਡੀਓ ਨਹੀਂ ਸੀ ਬਣੀ, ਉਹਦੀ ਮਾਜ਼ਰਤ। ਅਤੇ ਬਾਕੀ ਹੁਣ ਇਨਸ਼ਾਅੱਲਾ ਅੱਲਾਹ ਦੇ ਫਜ਼ਲ ਨਾਲ, ਅੱਲਾਹ ਦੇ ਕਰਮ ਨਾਲ ਅਲਹਮਦੁਲਿਲਾ ਵੀ ਆਪਾਂ ਰੋਜ਼ਾਨਾ ਹੀ ਤੁਹਾਨੂੰ ਅਪਲੋਡ ਕਰਿਆ ਕਰਾਂਗੇ, ਨਵੀਂ ਤੋਂ ਨਵੀਂ ਵੀਡੀਓ ਜਿਹੜੀ ਵੀ ਹੋਇਆ ਕਰੂਗੀ। ਅਤੇ ਮੇਰੇ ਦੋਸਤ, ਮੇਰੇ ਮਿੱਤਰ, ਚਾਹੇ ਚੜ੍ਹਦੇ ਪੰਜਾਬ ਦੇ, ਚਾਹੇ ਲਹਿੰਦੇ ਪੰਜਾਬ ਦੇ, ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰਨ, ਲਾਈਕ ਕਰਿਓ, ਫੋਲੋ ਕਰਿਓ, ਕਮੈਂਟ ਦਿਓ, ਸਲਾਹ ਦਾ ਇਜ਼ਹਾਰ ਲਾਜ਼ਮੀ ਦੱਸਿਓ। ਅਤੇ ਆਓ ਚੱਲੀਏ ਹੁਣ ਤੁਹਾਨੂੰ ਕੁਛ ਅੱਗੇ ਲੈ ਕੇ ਚੱਲਦੇ ਹਾਂ। ਆਹ ਤਾਂ ਬਾਈ ਵੀ ਨਾ ਭਿੰਡੀ ਤੋੜੀ ਕਿਹਾ ਜਾਂਦਾ ਵਾ, ਕਿਹਾ ਕੀ ਜਾਂਦਾ ਵੀ ਹੈਗੀ ਵੀ ਭਿੰਡੀ ਤੋਰੀ ਆ, ਅਤੇ ਲੇਕਿਨ ਇਹਦਾ ਇਹ ਆ ਵੀ ਕਪਾਹ ਦੇ ਵੀ ਬੂਟੇ ਇਸੇ ਤਰੀਕੇ ਹੁੰਦੇ ਆ, ਇਹਦੇ ਤੋਂ ਯਾਨੀ ਕਿ ਕਪਾਹ ਨੂੰ ਬਿਮਾਰੀ ਪੈਂਦੀ ਆ, ਜਿਹੜੀ ਨਾ ਮੂੰਹ ਸੜੀ ਜੀ ਬਣ ਜਾਂਦੀ ਕਪਾਹ ਨੂੰ, ਫਿਰ ਅਸੀਂ ਕਪਾਹ ਅਤੇ ਮੇਰੇ ਜੱਟ ਜ਼ਿਮੀਂਦਾਰ ਭਰਾ ਸਪਰੇਵਾਂ ਕਰਦੇ ਰਹਿ ਜਾਂਦੇ, ਲੇਕਿਨ ਇਸੇ ਭਿੰਡੀ ਦੀ ਵਜ੍ਹਾ ਤੋਂ ਉਹ ਕਪਾਹ ਨੂੰ ਮਸਲਾ ਬਣਦਾ ਵਾ। ਅਤੇ ਭਿੰਡੀਆਂ ਤਾਂ ਮਾਸ਼ਾਅੱਲਾ ਸੋਹਣੀਆਂ ਬੂਟੇ ਖੜ੍ਹੇ ਆ, ਅਤੇ ਹਜੇ ਭਿੰਡੀਆਂ ਲੱਗੀਆਂ ਕੋਈ ਨਹੀਂ ਆ, ਇਸੇ ਤਰੀਕੇ ਨਾਲ ਸਾਰੀਆਂ ਹੀ ਸੋਹਣੀਆਂ ਖੜ੍ਹੀਆਂ, ਅੱਛੀਆਂ ਖੜ੍ਹੀਆਂ, ਪਿਆਰੀਆਂ ਖੜ੍ਹੀਆਂ। ਬਾਕੀ ਕੁਛ ਤੁਹਾਨੂੰ ਹੋਰ ਵੀ ਸਬਜ਼ੀਆਂ ਦਾ ਵਿਜ਼ਿਟ ਕਰਾਉਂਦੇ ਵੀ ਕਿਹੜੀ ਕਿਹੜੀ ਸਬਜ਼ੀ ਦਾ ਵਿਜ਼ਿਟ ਕਰਾਉਂਦੇ, ਆਓ ਚੱਲਦੇ ਹਾਂ ਅੱਗੇ। ਕੁਛ ਤਾਂ ਬਾਈ ਹੁਣਾਂ ਨੇ ਵਿੱਚ ਕੱਦੂਆਂ ਵੀ, ਕੱਦੂ ਵੀ ਲਾਏ ਹੋਏ ਵੀ, ਕੱਦੂਆਂ ਦੀਆਂ ਵੇਲਾਂ ਵੀ ਲਾਈਆਂ ਹੋਈਆਂ ਵਾ, ਅਤੇ ਸੋਹਣੀਆਂ ਹੈਗੀਆਂ, ਅੱਛੀਆਂ ਵਾ, ਪਿਆਰੀਆਂ ਵਾ। ਇਸੇ ਤਰੀਕੇ ਨਾਲ ਵੀ ਭਿੰਡੀ ਅਤੇ ਕੱਦੂ ਹੀ ਲੱਗੇ ਹੋਏ ਆ, ਅਤੇ ਕੁਛ ਤੁਹਾਨੂੰ ਹੋਰ ਵੀ ਦਿਖਾਉਂਦੇ ਵੀ ਉਹ ਕਿਹੜੀ ਸਬਜ਼ੀ ਲੱਗੀ ਆ, ਉੱਥੇ ਵੀ ਤੁਹਾਨੂੰ ਲੈ ਕੇ ਚੱਲਦਾ। ਬਾਈ ਹੁਣਾਂ ਨੂੰ ਇਹਦੀ ਤਾਂ ਡਿਟੇਲ ਦੇ ਦੇਵਾਂ, ਤਕਰੀਬਨ ਇਹ 2 ਕਿੱਲੇ ਬਣਦੇ ਹੋਣੇ ਆ ਵੀ ਕੱਦੂ ਅਤੇ ਭਿੰਡੀ ਲਾਈ ਆ, ਬਾਕੀ ਸਾਡਾਂ ਸੂਡਾਂ ਅਤੇ ਸਾਰੇ ਜਿਹੜੇ ਪੱਠੇ ਲਾਏ ਆ। ਬਾਕੀ ਆਓ ਚੱਲਦੇ ਹਾਂ ਅੱਗੇ, ਤੁਹਾਨੂੰ ਲੈ ਕੇ ਚੱਲਦਾ ਅੱਗੇ ਕਿਹੜੀ ਸ਼ਾਇਦ ਦਿਖਾਉਂਦਾ, ਆਓ ਚੱਲੀਏ ਅੱਗੇ। ਕੁਛ ਤਾਂ ਵੀ ਆ ਗੁਆਰੇ ਦੀਆਂ ਫੜੀਆਂ ਵੀ ਕਹੀਆਂ ਜਾਂਦੀਆਂ ਵੀ ਗੁਆਰਾ ਜਿਹੜਾ ਆਪਾਂ ਸਬਜ਼ੀ ਦੇ ਵਿੱਚ ਵੀ ਬਣਾ ਕੇ ਸਬਜ਼ੀ ਖਾਈ ਦੀ ਆ, ਵੀ ਗੁਆਰੇ ਦੀਆਂ ਫੜੀ ਵੱਲਾਂ ਵੀ ਲਾਈਆਂ ਹੋਈਆਂ ਵਾ, ਉਹ ਦਰੱਖਤਾਂ ਦੇ ਉੱਤੇ ਚੜ੍ਹੀਆਂ ਹੋਈਆਂ ਵਾ, ਚੰਗੀਆਂ ਵਾ, ਸੋਹਣੀਆਂ ਵਾ, ਪਿਆਰੀਆਂ, ਅੱਛੀਆਂ। ਕੁਛ ਆ ਨਾ ਬੂਟੀ ਬਾਟੀ ਵੀ ਖੜ੍ਹੀ ਨਾਲ ਨਾਲ, ਅਤੇ ਥੋੜ੍ਹਾ ਜਿਹਾ ਵੀ ਝੋਨਾ ਵੀ ਲਾਇਆ ਹੋਇਆ। ਮੈਂ ਕਿਹਾ ਬਾਈ ਹੁਣਾਂ ਨੂੰ ਇਹਦੇ ਵੀ ਇਹਨੂੰ ਵੀ ਇਹ ਵੀ ਦਿਖਾਈ ਜਾਵਾਂ। ਅਤੇ ਬਾਈ ਜੀ ਵੀ ਅੱਜ ਦੇ ਵਲੋਗ ਦੇ ਵਿੱਚ ਇਹੀ ਆ ਪਛਾਵਾਂ ਦਿਖਾਉਂਦੇ ਹਾਂ, ਅਤੇ ਕੁਛ ਜਿਹੜੀ ਕੋਈ ਹੋਰ ਆ ਉਹ ਵੀ ਦਿਖਾਉਂਦੇ ਹਾਂ, ਉਹ 'ਚ ਆਓ ਚੱਲਦੇ ਹਾਂ ਉੱਥੇ ਵੀ ਕਿਹੜੀ ਸ਼ਾਇਦ ਦਿਖਾਉਂਦੇ, ਉਹ ਵੀ ਲੈ ਕੇ ਤੁਹਾਨੂੰ ਲੈ ਕੇ ਚੱਲਦੇ ਹਾਂ, ਉਹ ਵੀ ਦਿਖਾਉਂਦੇ। ਆਹ ਤਾਂ ਵੀ ਕੋਈ ਹਜੀਰਾਂ ਦਾ ਬੂਟਾ ਖੜ੍ਹਾ, ਮੈਂ ਕਿਹਾ ਬਾਈ ਹੁਣਾਂ ਨੂੰ ਇਹ ਵੀ ਦਿਖਾਦਾ, ਵੱਡਿਆ ਹੋਇਆ ਵਾ ਅਤੇ ਉੱਦਾਂ ਗਰੋਥ ਤਾਂ ਸੋਹਣੀ ਕਰਦਾ ਹੁੰਦਾ, ਫੁੱਟ ਆਊਗਾ, ਫੁੱਟ ਕੇ ਅਤੇ ਫਿਰ ਵੀ ਹਜੀਰਾਂ ਲੈਣੀਆਂ ਸ਼ੁਰੂ ਕਰ ਦੂਗਾ, ਅਤੇ ਜਿਹੜੀਆਂ ਵੀ ਸੁਕਾ ਕੇ ਅਤੇ ਆਪਾਂ ਬਾਜ਼ਾਰੋਂ ਲਈ ਦੀਆਂ ਖਾਈ ਦੀਆਂ ਵਾ, ਇਹ ਉਹ ਬੂਟਾ ਹਜੀਰਾਂ ਦਾ ਵਾ। ਇਹ ਕਮੈਂਟ ਦੇ ਵਿੱਚ ਸਲਾਹ ਦਾ ਇਜ਼ਹਾਰ ਲਾਜ਼ਮੀ ਦੱਸਿਓ ਵੀ ਇਹ ਵਾਕਈ ਉਹ ਆ ਜਾਂ ਹੋਰ ਆ, ਵੀ ਕਿਹੜੀ ਸ਼ਾਇਦ ਦਾ ਬੂਟਾ ਵਾ ਇਹ ਵੀ ਮੈਨੂੰ ਲਾਜ਼ਮੀ ਤੁਸੀਂ ਦੱਸ। ਆਹ ਤਾਂ ਆੜੂਆਂ ਦਾ ਬੂਟਾ, ਆੜੂ ਤਾਂ ਹੁਣ ਖਤਮ ਹੋ ਗਿਆ ਤਕਰੀਬਨ, ਬੂਟਾ ਤਾਂ ਛੋਟਾ ਹੀ ਆ। ਇਸੇ ਤਰੀਕੇ ਨਾਲ ਬੂਟਾ ਵੀ ਸੋਹਣਾ ਵਾ, ਪਿਆਰਾ ਵਾ, ਕੁਛ ਵਿੱਚ ਕੇਲਿਆਂ ਦੇ ਬੂਟੇ ਵੀ ਲੱਗੇ, ਉਹ ਵੀ ਅੱਛੇ ਬੂਟੇ ਖੜ੍ਹੇ, ਪਿਆਰੇ ਖੜ੍ਹੇ ਆ। ਕੋਈ ਗੁਆਰੇ ਦੀਆਂ ਫਲੀਆਂ ਵਾ, ਕੋਈ ਕੱਦੂਆਂ ਦੀਆਂ ਫਲੀਆਂ। ਅਗਲੀ ਸਾਈਡ 'ਤੇ ਦੇਖੋ ਅਤੇ ਅਗਲੀ ਸਾਈਡ 'ਤੇ ਫਿਰ ਆੜੂਆਂ ਦਾ ਬੂਟਾ ਵਾ, ਕੋਈ ਭਿੰਡੀਆਂ ਦੇ, ਸਬਜ਼ੀਆਂ ਦੇ ਬੂਟੇ,
ਫੁੱਲਾਂ ਦਾ ਬੂਟਾ ਵਾ, ਯਾਨੀ ਕਿ ਗੁਲਾਬਾਂ ਦੇ ਫੁੱਲਾਂ ਦਾ ਬੂਟਾ ਵਾ, ਇਹ ਵੀ ਅੱਛਾ ਵਾ, ਸੋਹਣਾ ਪਿਆਰਾ ਵਾ, ਫਰੂਟਿੰਗ ਵੀ ਸੋਹਣੀ ਲਈ ਆਉਂਦਾ, ਫੁੱਲ ਵੀ ਸੋਹਣੇ ਲਈ ਆਉਂਦਾ ਵਾ, ਅਤੇ ਇਸ ਤਰੀਕੇ ਨਾਲ ਮਾਸ਼ਾਅੱਲਾ ਖੂਬਸੂਰਤੀ ਨਾਲ ਵੀ ਬੂਟਾ ਖੜ੍ਹਾ ਵਾ। ਅਗਲੀ ਸਾਈਡ ਦੀ ਗੱਲ ਕਰੋ, ਅਗਲੀ ਸਾਈਡ 'ਤੇ ਵੀ ਕੁਛ ਸਬਜ਼ੀਆਂ ਬੀਜੀਆਂ ਵਾ, ਅੱਛੀਆਂ ਖੜ੍ਹੀਆਂ, ਪਿਆਰੀਆਂ ਖੜ੍ਹੀਆਂ, ਕੁਛ ਝੋਨਾ ਵਾ, ਇਸ ਹਿਸਾਬ ਨਾਲ ਵੀ ਸੋਹਣੀ ਅੱਛੀ ਪਿਆਰੀ ਫਸਲ ਖੜ੍ਹੀ। ਅਤੇ ਆਓ ਚੱਲਦੇ ਹਾਂ, ਕੁਛ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ। ਅੱਛਾ ਬਾਈ, ਤਾਂ ਹੁਣ ਮਾਸ਼ਾਅੱਲਾ ਵੀ ਪੱਠੇ ਤਕਰੀਬਨ ਲੱਦ ਹੀ ਰਿਹਾ ਵਾ, ਥੋੜ੍ਹੇ ਜਿਹੇ ਰਹਿ ਗਏ। ਅਤੇ ਬਾਈ ਦਾਤਰੀ ਨਾਲ ਹੀ ਪੱਠੇ ਵੱਢਦਾ ਜਾਂ ਦਾਤਰਾ ਵੱਢਦਾ ਹੁੰਦਾ ਤੂੰ? ਅੱਛਾ ਬਾਈ, ਐਵੇਂ ਆ ਕਿ ਸੁਬਹਾ ਸੁਬਹਾ ਦਾ ਤਾਂ ਟਾਈਮ ਆ, ਵੀ ਤੜਕੇ ਤੜਕੇ ਦਾ ਟਾਈਮ ਆ, ਮਾਂ ਬੋਲੀ ਪੰਜਾਬੀ ਦੇ ਵਿੱਚ ਕਿਹਾ ਜਾਂਦਾ। ਅਤੇ ਬਾਈ ਦਾ ਹਾਲਾਤ ਦੇਖੋ, ਵੀ ਕੱਲ੍ਹ ਬਾਰਿਸ਼ ਵੀ ਹਲਕੀ ਫੁਲਕੀ ਪਈ ਆ, ਦੇਖੋ ਐਵੇਂ ਆ ਜਿਵੇਂ ਸਾਰਾ ਹੀ ਬੀਨ ਨਹਾਤਾ ਹੁੰਦਾ ਵਾ। ਇਹ ਵੀ ਮੈਨੂੰ ਕਮੈਂਟ ਦੇ ਵਿੱਚ ਸਾਰਾ ਦੱਸਣਾ। ਬਾਈ ਸੌਖਾ ਕੰਮ ਆ ਕਿ ਔਖਾ ਕੰਮ? ਔਖਾ ਤੁਹਾਡੇ ਸਾਹਮਣੇ ਹੀ ਆ, ਕੋਈ ਹਾਲ ਆ, ਬੁਰਾ ਹਾਲ ਆ। ਕਿੰਨਾ ਕੁ ਔਖਾ ਵਾ? ਬਹੁਤ ਔਖਾ। ਅੱਛਾ, ਹਾਂਜੀ, ਕਿੰਨੀ ਗਰਮੀ ਆ, ਕੱਪੜੇ ਦੇਖ ਲੈ ਤੁਹਾਡੇ ਸਾਹਮਣੇ ਪਸੀਨੇ ਨਾਲ। ਕਦੋਂ ਕਦਾ ਆਇਆ ਤੂੰ ਪੱਠੇ ਉੱਡਣ? 5:30 ਵਜੇ ਦਾ, ਸੁਬਹਾ 5:30 ਵਜੇ ਦਾ। ਅੱਛਾ ਬਾਈ ਦੇਖੋ, ਵੀ ਅਜੇ ਸੂਰਜ ਤਕਰੀਬਨ ਥੋੜ੍ਹਾ ਹੀ ਨਿਕਲਿਆ ਵਾ, ਵੀ ਬਾਈ ਕਹਿੰਦਾ ਸੁਬਹਾ ਮੈਂ 5:30 ਵਜੇ ਦਾ ਆਇਆ, 5:30 ਵਜੇ ਦੇ ਹੀ ਪੱਠੇ ਵੱਢਣ ਲੱਗਾ ਵਾਂ। ਅਤੇ ਬਾਈ ਦਾ ਹਾਲਾਤ ਕੋਈ ਨਹੀਂ ਗਾ, ਗਰਮੀ ਕਾਫੀ ਜ਼ਿਆਦੀ ਪੈਂਦੀ ਆ। ਇਸ ਵਾਸਤੇ ਜਿੰਨੇ ਵੀ ਮੇਰੇ ਜੱਟ ਜ਼ਿਮੀਂਦਾਰ ਭਰਾ ਮਾਲ ਡੰਗਰ ਪਸ਼ੂਆਂ ਵਾਲੇ, ਉਹ ਵੈਸੇ ਕੋਸ਼ਿਸ਼ ਕਰਕੇ ਉਹਨਾਂ ਨੂੰ ਚਾਹੀਦਾ ਤਾਂ ਹੈ ਵੀ ਉਹ ਟਾਈਮ ਨਹੀਂ ਆਣ ਕੇ ਪੱਠੇ ਪੁੱਠੇ ਵੱਢ ਕੇ ਆਪਦੇ ਮਾਲ ਵਾਸਤੇ ਲੈ ਜਾਣ। ਅਤੇ ਬਾਈ ਵੀਡੀਓ ਅੱਛੀ ਲੱਗੇ, ਪਸੰਦ ਲੱਗੇ, ਤੁਹਾਨੂੰ ਸ਼ੇਅਰ ਲਾਜ਼ਮੀ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ, ਫੋਲੋ ਕਰ ਦਿਓ, ਕਮੈਂਟ ਦੇ ਵਿੱਚ ਸਲਾਹ ਦਾ ਇਜ਼ਹਾਰ ਲਾਜ਼ਮੀ ਦੱਸਿਓ। ਆਪਣਾ ਖਿਆਲ ਰੱਖਣਾ, ਦੁਆਵਾਂ 'ਚ ਮੈਨੂੰ ਯਾਦ ਰੱਖਣਾ। ਅੱਲਾ ਹਾਫਿਜ਼।